ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸੋ ਦੋਸਤੋ ਸ਼ੁਰੂਆਤ ਕਰਦੇ ਹਾਂ ਅੱਜ ਨਹੀਂ ਹੋਵੇਗੀ ਮੀਟਿੰਗ ਸਰਕਾਰ ਦੇ ਪ੍ਰਸਤਾਵ ਤੇ ਚਰਚਾ ਤੋਂ ਬਾਅਦ ਹੀ ਹੋਵੇਗਾ ਫੈਸਲਾ ਹਨਨ ਮੁਲਾ ਖੇਤੀਬਾੜੀ ਕਾਨੂੰਨਾਂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ 13 ਕਿਸਾਨ ਨੇਤਾਵਾਂ ਦੀ ਮੰਗਲਵਾਰ ਰਾਤ ਨੂੰ ਹੋਈ ਮੀਟਿੰਗ ਬੇਸਿੱਟਾ ਰਹੀ। ਸਰਕਾਰ ਨੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਬੈਠਕ ਤੋਂ ਬਾਅਦ ਕਿਸਾਨ ਆਗੂ ਹਨਨ ਮੁੱਲਾ ਬਹੁਤ ਨਾਰਾਜ਼ ਨਜ਼ਰ ਦਿਖਾਈ ਦਿੱਤੇ। ਉਹਨਾਂ ਨੇ ਕਿਹਾ ਕਿ ਬੁੱਧਵਾਰ ਨੂੰ ਸਰਕਾਰ ਨਾਲ ਹੋਣ ਵਾਲੀ ਮੁਲਾਕਾਤ ਰੱਦ ਕਰ ਦਿੱਤੀ ਗਈ ਆ। ਹਨਨ ਮੁੱਲਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਅੱਜ ਲਿਖਤੀ ਰੂਪ ਦੇ ਵਿੱਚ ਪ੍ਰਸਤਾਵ ਭੇਜੇਗੀ। ਸਿੰਘੂ ਬਾਰਡਰ ਤੇ ਅੱਜ ਚੱਲ ਰਹੀ ਮੀਟਿੰਗ ਦੇ ਵਿੱਚ ਕਿਸਾਨ ਨੇਤਾਵਾਂ ਦੀ ਮੀਟਿੰਗ ਜਿਹੜੀ ਚੱਲ ਰਹੀ ਆ ਉਸ ਦੇ ਵਿੱਚ ਸਰਕਾਰ ਵੱਲੋਂ ਭੇਜੇ ਜਾਣ ਵਾਲੇ ਪ੍ਰਸਤਾਵ ਤੇ ਵਿਚਾਰ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪ੍ਰਸਤਾਵ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਹੋਰ ਫੈਸਲਾ ਕਰਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਬੁੱਧਵਾਰ ਨੂੰ ਸਰਕਾਰ ਨਾਲ ਮੁਲਾਕਾਤ ਵੀ ਰੱਦ ਕਰ ਦਿੱਤੀ ਗਈ ਹੈ ਅੱਜ ਸਰਕਾਰ ਅਤੇ ਕਿਸਾਨ ਨੇਤਾਵਾਂ ਦੇ ਵਿਚਾਲੇ ਗੱਲਬਾਤ ਦਾ ਛੇਵਾਂ ਦੌਰ ਹੋਣਾ ਸੀ ਗ੍ਰਹਿ ਮੰਤਰੀ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਸਰਕਾਰ ਦੇ ਨਾਲ ਹੁਣ ਤੱਕ ਪੰਜ ਗੇੜ ਦੀ ਗੱਲਬਾਤ ਹੋ ਚੁੱਕੀ ਆ ਪਰ ਪੰਜੇ ਦੌਰ ਦੀ ਗੱਲਬਾਤ ਬੇਨਤੀਜਾ ਰਹੀ ਆ ਸੋ ਦੋਸਤੋ ਜੇ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਖੇਤੀਬਾੜੀ ਬਿੱਲਾਂ ਨੂੰ ਰੱਦ ਕਰ ਸਕਦੀ ਹੈ ਤਾਂ ਕਮੈਂਟ ਸੈਕਸ਼ਨ ਚ ਯੈਸ ਲਿਖੋ ਨਹੀਂ ਤਾਂ ਤੁਸੀਂ ਨੋ ਵੀ ਲਿਖ ਸਕਦੇ ਹੋ ਵੈਸੇ ਤਾਂ ਸਰਕਾਰ ਨੇ ਕਿਸਾਨਾਂ ਦੇ ਸਾਹਮਣੇ ਸੋਧ ਦਾ ਪ੍ਰਸਤਾਵ ਦਿੱਤਾ ਜਿਸ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ ਹੈ ਕਿਸਾਨ ਨੇਤਾਵਾਂ ਨੇ ਕਿਹਾ ਕਿ ਸਾਨੂੰ ਕਿਸੇ ਫੈਸਲੇ ਦੀ ਲੋੜ ਨਹੀਂ ਅਸੀਂ ਸਿਰਫ ਹਾਂ ਜਾਂ ਨਾ ਦੇ ਵਿੱਚ ਜਵਾਬ ਚਾਹੁੰਦੇ ਹਾਂ ਕਰਜ਼ੇ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਕਿਸਾਨ ਦੀ ਮੌਤ ਪਿੰਡ ਲੋਹਾਖੇੜਾ ਦੇ ਵਿੱਚ ਕਿਸਾਨ ਦੀ ਕਰਜ਼ੇ ਦੀ ਮਾਰ ਹੇਠਾਂ ਆਉਣ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਦੇ ਕਾਰਨ ਮੌਤ ਹੋ ਗਈ ਪਿੰਡ ਲੋਹਾਖੇੜਾ ਦੇ ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਗੁਰਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਲੋਹਾ ਖੇੜਾ ਕੋਲੇ ਸਿਰਫ 22 ਏਕੜ ਜ਼ਮੀਨ ਸੀ ਤੇ ਜ਼ਮੀਨ ਦੇ ਬਦਲੇ ਉਸਨੇ ਦੋ ਬੈਂਕ ਅਤੇ ਆਪਣੇ ਆਰਤੀਏ ਦੇ ਪਾਸੋਂ ਕਰਜ਼ਾ ਲਿਆ ਸੀ ਕਰਜ਼ੇ ਦੀ ਪੰਡ ਹਰ ਸਾਲ ਵਾਧੀ ਗਈ ਜਿਸ ਦੇ ਕਾਰਨ ਉਸ ਦਾ ਮਾਨਸਿਕ ਤਣਾਅ ਦੇ ਵਿੱਚ ਕਿਰਿਆ ਸੀ ਜਿਸ ਕਰਕੇ ਲੰਗੀ ਰਾਤ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਆਮ ਆਦਮੀ ਬਣ ਕੇ ਬਾਰਡਰ ਤੇ ਜਾ ਕੇ ਕਿਸਾਨਾਂ ਨਾਲ ਬੈਠੇ ਘਰ ਵਾਪਸ ਆਉਣਾ ਚਾਹੁੰਦਾ ਸੀ ਪਰੰਤੂ ਮੈਨੂੰ ਜਾਣ ਨਹੀਂ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਬਣ ਕੇ ਨਹੀਂ ਬਲਕਿ ਆਮ ਆਦਮੀ ਬਣ ਕੇ ਸਿੰਘੂ ਬਾਰਡਰ ਤੇ ਉੱਪਰ ਜਾ ਕੇ ਅੱਧਾ ਪੌਣਾ ਘੰਟਾ ਕਿਸਾਨਾਂ ਦੇ ਨਾਲ ਬੈਠ ਕੇ ਵਾਪਸ ਆਉਣਾ ਚਾਹੁੰਦਾ ਸੀ ਪਰੰਤੂ ਮੈਨੂੰ ਜਾਣ ਨਹੀਂ ਦਿੱਤਾ ਗਿਆ ਕੇਂਦਰ ਸਰਕਾਰ ਨੇ ਦਿੱਲੀ ਦੇ ਵਿੱਚ ਨੌ ਸਟੇਡੀਅਮਾਂ ਨੂੰ ਜੇਲ੍ਹ ਬਣਾਉਣ ਦੀ ਇਜਾਜ਼ਤ ਮੰਗੀ ਸੀ ਤੇ ਬਤੌਰ ਬਣਾਇਆ ਸੀ ਪਰੰਤੂ ਮੈਂ ਇਨਕਾਰ ਕਰ ਦਿੱਤਾ ਸਾਨੂੰ ਪਤਾ ਹੈ ਕਿ ਜੇਕਰ ਸਟੇਡੀਅਮ ਨੂੰ ਜੇਲ੍ਹ ਬਣਾਉਣ ਦੀ ਇਜਾਜ਼ਤ ਦਿੱਤੀ ਤਾਂ ਉਹ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਦੇਣਗੇ ਕਿਸਾਨਾਂ ਨੂੰ ਅੰਦੋਲਨ ਕਮਜ਼ੋਰ ਹੋ ਜਾਵੇਗਾ ਸਟੇਡੀਅਮ ਨੂੰ ਜੇਲ੍ਹ ਬਣਾਉਣ ਦੀ ਇਜਾਜ਼ਤ ਨਹੀਂ ਦੇਣ ਕਾਰਨ ਕਿਸਾਨ ਅੰਦੋਲਨ ਨੂੰ ਕਾਫੀ ਮਦਦ ਮਿਲੀ ਆ ਉਸ ਤੋਂ ਬਾਅਦ ਕੇਂਦਰ ਸਰਕਾਰ ਬਹੁਤ ਜਲਦ ਨਾਰਾਜ਼ ਹੈ ਤੇ ਉਹ ਨਹੀਂ ਚਾਹੁੰਦੇ ਕਿ ਮੈਂ ਕਿਸੇ ਵਜ੍ਹਾ ਤਰ੍ਹਾਂ ਕਰਕੇ ਬਾਹਰ ਆਵਾਂ ਕਿਸਾਨਾਂ ਦੇ ਵਿਚਾਰ ਇਹਨਾਂ ਦਾ ਸਮਰਥਨ ਕਰਾਂ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੇਗੀ ਤੇ ਐਮਐਸਪੀ ਦੇ ਉੱਤੇ ਵੀ ਕਾਨੂੰਨ ਬਣਾਵੇਗੀ ਸਾਡੇ ਕਿਸਾਨਾਂ ਨੂੰ ਕੜਾਕੇ ਦੀ ਠੰਡ ਦੇ ਵਿੱਚ ਹੋਰ ਜ਼ਿਆਦਾ ਨਹੀਂ ਬੈਠਣਾ ਪਵੇਗਾ ਕੁਝ ਜਥੇਬੰਦੀਆਂ ਦਾ ਅਮਿਤ ਸ਼ਾਹ ਨੂੰ ਇਕੱਲੇ ਮਿਲਣ ਜਾਣਾ ਸਹੀ ਨਹੀਂ ਉਗਰਾਹਾ ਤੋਂ ਵੱਡੀ ਖਬਰ ਆ ਰਹੀ ਹੈ ਜੀ ਖਬਰ ਵੱਲ ਰੁੱਖ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਦੇ ਨਾਲ ਧਰਨੇ ਵਾਲੇ ਵੀਰਾਂ ਦੇ ਨਾਲ ਤੇ ਕਿਸਾਨ ਜਥੇਬੰਦੀਆਂ ਵਾਲੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਹਰ ਇੱਕ ਪੰਜਾਬ ਵਾਸੀ ਨੂੰ ਕਿਸਾਨ ਵੀਰ ਨੂੰ ਅੱਜ ਦੀਆਂ ਤਾਜ਼ਾ ਖਬਰਾਂ ਦਾ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦੀ ਲੇਟੈਸਟ ਅਪਡੇਟ ਦਾ ਪਤਾ ਲੱਗ ਸਕੇ ਜੀ ਆਪਾਂ ਇਸ ਵੀਡੀਓ ਤੇ 3000 ਦਾ ਲਾਈਕ ਰੱਖਦੇ ਹਾਂ ਤੇ 1500 ਦਾ ਸ਼ੇਅਰ ਰੱਖਦੇ ਹਾਂ ਸ੍ਰੋਤੇ ਵੀਰ ਜਲਦੀ ਜਲਦੀ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਕੁਝ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਬੁਲਾਏ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਅੰਦਰ ਛੱਛੋ ਪੰਜ ਵਾਲੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਜੀ ਭਾਵੇਂ ਬਾਦ ਦੇ ਵਿੱਚ ਸਭ ਕੁਝ ਠੀਕ ਹੋ ਗਿਆ ਇੱਕ ਵਾਰ ਤਾਂ ਹਰਫਾ ਤਫਰੀ ਵਾਲਾ ਮਾਹੌਲ ਬਣਨ ਲੱਗਾ ਸੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਹੀ ਕਿਸੇ ਗੱਲਬਾਤ ਦਾ ਕੋਈ ਸੱਦਾ ਨਹੀਂ ਮਿਲਿਆ ਹਾਲਾਂਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਜਥੇਬੰਦੀ ਤੱਕ ਗੈਰ ਰਸਮੀ ਗੱਲ ਕਰਨ ਦੇ ਲਈ ਪਹੁੰਚ ਗਈ ਸੀ ਪਰ ਉਹਨਾਂ ਨੇ ਇਕੱਲਿਆਂ ਅਜਿਹਾ ਕੋਈ ਗੈਰ ਰਸਮੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਹੁਣ ਬਾਕੀ ਜਥੇਬੰਦੀਆਂ ਨੂੰ ਕਿਸੇ ਵੀ ਗੈਰ ਰਸਮੀ ਗੱਲਬਾਤ ਵਿੱਚ ਇਕੱਲਿਆਂ ਨਹੀਂ ਜਾਣਾ ਚਾਹੀਦਾ ਇਸ ਨਾਲ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਭੁਲੇਖੇ ਪੈਣ ਦਾ ਖਦਸ਼ਾ ਪੈਦਾ ਹੁੰਦਾ ਹੈ ਸੋ ਦੋਸਤੋ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਵੱਖ-ਵੱਖ ਜਥੇਬੰਦੀਆਂ ਨੂੰ ਸਰਕਾਰ ਦੇ ਨਾਲ ਨਹੀਂ ਮੀਟਿੰਗ ਕਰਨੀ ਚਾਹੀਦੀ ਤਾਂ ਕਮੈਂਟ ਸੈਕਸ਼ਨ 'ਚ ਯੈਸ ਜ਼ਰੂਰ ਲਿਖੋ ਸ਼੍ਰੀ ਨਨਕਾਣਾ ਸਾਹਿਬ ਵਿਖੇ ਕਿਸਾਨਾਂ ਦੇ ਹੱਕ ਵਿੱਚ ਕੱਢਿਆ ਗਿਆ ਰੋਸ ਮਾਰਚ ਖਾਲਿਸਤਾਨ ਪੱਖੀ ਲਗਾਏ ਗਏ ਨਾਰੇ ਭਾਰਤ ਸਰਕਾਰ ਦੇ ਵੱਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਅੰਦੋਲਨਾਂ ਦੇ ਖਿਲਾਫ ਅਤੇ ਦਿੱਲੀ ਦੇ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਹੱਕ ਵਿੱਚ ਅੱਜ ਰਾਤ 8 ਵਜੇ ਦੇ ਕਰੀਬ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਨਨਕਾਣਾ ਸਾਹਿਬ ਦੀ ਸੰਗਤ ਦੇ ਵੱਲੋਂ ਗੁਰਦੁਆਰਾ ਜਨਮ ਸਥਾਨ ਤੋਂ ਗੁਰਦੁਆਰਾ ਤੰਬੂ ਸਾਹਿਬ ਤੱਕ ਰੋਸ ਮਾਰਚ ਕੱਢਿਆ ਗਿਆ ਰੋਸ ਮਾਰਚ ਦੌਰਾਨ ਖਾਲਿਸਤਾਨੀ ਪੱਖ ਦੇ ਨਾਰੇ ਤੇ ਕਸ਼ਮੀਰ ਮਾਮਲੇ ਨੂੰ ਲੈ ਕੇ ਭਾਰਤ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਇਸ ਤੋਂ ਪਹਿਲਾਂ ਕਿਸਾਨਾਂ ਦੀ ਚੜ੍ਹਦੀ ਕਲਾ ਤੇ ਫਤਿਹ ਜਬੀ ਦੇ ਲਈ ਰੱਖੇ ਸ੍ਰੀ ਅਖੰਡ ਪਾੜ੍ਹ ਦੇ ਭੋਗ ਦੇ ਉਪਰੰਤ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਪੀਐਸ ਜੀਪੀਸੀ ਤੇ ਜਨਰਲ ਸਕੱਤਰ ਅਮੀਰ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਸਿੱਖ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਗਲੇ 3 ਸਾਲਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਹਾਈ ਸਪੀਡ ਇੰਟਰਨੈਟ ਪੀਐਮ ਮੋਦੀ ਸੋ ਹਰੇਕ ਪਿੰਡ ਦੇ ਵਿੱਚ ਬਿਜਲੀ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਹਾਈ ਸਪੀਡ ਇੰਟਰਨੈਟ ਦੀ ਸਹੂਲਤ ਦੇਖਣਾ ਚਾਹੁੰਦੇ ਹਨ ਮੰਗਲਵਾਰ ਨੂੰ ਇੰਡੀਅਨ ਮੋਬਾਈਲ ਕਾਂਗਰਸ 2020 ਦੇ ਸੰਬੋਧਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ 3 ਸਾਲਾਂ ਦੇ ਵਿੱਚ ਦੇਸ਼ ਦੇ ਹਰੇਕ ਪਿੰਡ ਦੇ ਵਿੱਚ ਹਾਈ ਸਪੀਡ ਇੰਟਰਨੈਟ ਦੀ ਸਹੂਲਤ ਹੋਵੇਗੀ ਇਸ ਯੋਜਨਾ ਦੇ ਅਮਲ ਲਈ ਪਿੰਡਾਂ ਦੇ ਵਿੱਚ ਆਪਟੀਕਲ ਫਾਈਬਰ ਵਿਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਭਾਰਤ ਮੋਬਾਈਲ ਅਤੇ ਇੰਟਰਨੈਟ ਦੀਆਂ ਦਰਾਂ ਦੇ ਵਿੱਚ ਦੁਨੀਆ ਵਿੱਚ ਸਭ ਤੋਂ ਘੱਟ ਹਨ ਮਹਾਮਾਰੀ ਦੇ ਕਾਲ ਵਿੱਚ ਮੋਬਾਈਲ ਤਕਨੀਕ ਅਤੇ ਉਪਯੋਗਤਾ ਦੀ ਪ੍ਰਸ਼ੰਸਾ ਕਰਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਮੁਹਿੰਮਾਂ ਦੇ ਵਿੱਚ ਸ਼ਾਮਲ ਹੋਣ ਵਾਲੀ ਕਰੋਨਾ ਵੈਕਸੀਨ ਦੇ ਵਿੱਚ ਵੀ ਮੋਬਾਈਲ ਤਕਨੀਕ ਦੀ ਮਦਦ ਲਈ ਜਾਵੇਗੀ ਮੋਦੀ ਨੇ ਕਿਹਾ ਕਿ ਤਕਨੀਕ ਦੇ ਹੱਥ ਚੁਪ ਵਿਕ ਹੋਣ ਦਾ ਹਵਾਲਾ ਦਿੰਦਾ ਹੈ ਕਿ ਸਾਨੂੰ ਜੀ 5ਜੀ ਤਕਨੀਕ ਨੂੰ ਸਮੇਂ ਤੇ ਸ਼ੁਰੂ ਕਰਨ ਦੇ ਲਈ ਇਕੱਠਿਆਂ ਕੰਮ ਕਰਨ ਦੀ ਜ਼ਰੂਰਤ ਹੈ ਤੇ ਲੱਖਾਂ ਭਾਰਤੀਆਂ ਨੂੰ ਇਸ ਦਾ ਲਾਭ ਉਠਾ ਸਕਣਗੇ ਪ੍ਰੀਖਿਆਵਾਂ ਤੇ ਹੁਣ ਸੂਬਿਆਂ ਦੀ ਵੀ ਲਈ ਜਾਵੇਗੀ رائے ਕੇਂਦਰੀ ਸ਼ਿੱਖਿਆ ਮੰਤਰਾਲੇ ਨੇ ਬਣਾਈ ਯੋਜਨਾ CBSE ਦੇ ਸਮੇਤ ਸਾਰੇ ਸੂਬਿਆਂ ਦੇ ਬੋਰਡ ਅਤੇ JEE, NEET ਦੇ ਵਰਗੀਆਂ ਪ੍ਰੀਖਿਆਵਾਂ ਨੂੰ ਲੈ ਕੇ ਕੇਂਦਰ ਸਰਕਾਰ ਹੁਣ ਸੂਬਿਆਂ ਦੀ ਰਾਏ ਜਾਣੇਗੀ ਇਸ ਨੂੰ ਲੈ ਕੇ ਉਹ ਛੇਤੀ ਹੀ ਸੂਬਿਆਂ ਦੇ ਨਾਲ ਵਿਚਾਰ ਚਰਚਾ ਕਰੇਗੀ ਕੇਂਦਰੀ ਸਿੱਖਿਆ ਮੰਤਰਾਲੇ ਨੇ ਇਸ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਕੋਰੋਨਾ ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਵੈਸੇ ਵੀ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਨਾਲ ਹਾਲੇ ਸਕੂਲ ਬੰਦ ਹਨ ਅਜਿਹੇ ਦੇ ਵਿੱਚ ਸੂਬੇ ਦੀ ਸਹਿਮਤੀ ਜ਼ਰੂਰੀ ਹੋ ਜਾਂਦੀ ਹੈ ਇਹ ਕਾਰਨ ਹੈ ਕਿ ਮੰਤਰਾਲੇ ਨੇ ਇਹਨਾਂ ਸਾਰੀਆਂ ਪ੍ਰੀਖਿਆਵਾਂ ਦੀ ਤਰੀਕ ਨੂੰ ਲੈ ਕੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਾਰੀਆਂ ਧਿਰਾਂ ਦੇ ਨਾਲ ਚਰਚਾ ਦੀ ਯੋਜਨਾ ਬਣਾਈ ਹੈ ਇਸੇ ਲੜੀ ਦੇ ਵਿੱਚ ਕੇਂਦਰੀ ਮੰਤਰੀ ਰਮੇਸ਼ ਪੁਖਰੀਆਲ ਨਿਸ਼ੰਕ ਵੀਰਵਾਰ ਨੂੰ 10 ਦਸੰਬਰ ਨੂੰ ਪ੍ਰੀਖਿਆਵਾਂ ਨੂੰ ਲੈ ਕੇ ਦੇਸ਼ ਭਰ ਦੇ ਵਿਦਿਆਰਥੀਆਂ ਮਾਪਿਆਂ ਤੇ ਅਧਿਆਪਕਾਂ ਦੇ ਨਾਲ ਫੇਸਬੁੱਕ ਅਤੇ ਟਵਿੱਟਰ ਦੇ ਜ਼ਰੀਏ ਚਰਚਾ ਕਰਨਗੇ ਇਸ ਨੂੰ ਲੈ ਕੇ ਸਾਰਿਆਂ ਤੋਂ ਆਨਲਾਈਨ ਹੀ ਸਵਾਲ ਮੰਗੇ ਗਏ ਹਨ ਇਸ ਦੌਰਾਨ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਸਵਾਲ ਆ ਰਹੇ ਹਨ ਜਿਸ ਵਿੱਚ ਜ਼ਿਆਦਾਤਰ ਲੋਕ ਪ੍ਰੀਖਿਆਵਾਂ ਦੇ ਹੱਕ ਵਿੱਚ ਹਨ ਪਰ ਕਰੋਨਾ ਇਨਫੈਕਸ਼ਨ ਦੇ ਕਾਰਨ ਉਹ ਥੋੜੇ ਸਮੇਂ ਦੇ ਲਈ ਹੋਰ ਸਮਾਂ ਚਾਹੁੰਦੇ ਹਨ ਜੋ ਕਿਸਾਨਾਂ ਨਾਲ ਖੜੇਗਾ ਉਹੀ ਪਿੰਡ ਚ ਵੜੇਗਾ ਦੋਸਤੋ ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਜ਼ਰੂਰ ਲਿਖੋ ਹਰਿਆਣਾ ਦੇ ਕਈ ਪਿੰਡਾਂ ਦੇ ਵਿੱਚ ਬੋਰਡ ਲਾ ਦਿੱਤੇ ਗਏ ਹਨ ਕਿ ਜਿਹੜਾ ਆਗੂ ਕਿਸਾਨ ਸੰਘਰਸ਼ ਦੀ ਹਮਾਇਤ ਕਰੇਗਾ ਉਹੀ ਪਿੰਡ ਦੇ ਵਿੱਚ ਵੜੇਗਾ ਹੁਕਮਰਾਨ ਭਾਜਪਾ ਤੇ ਜੀਜੀਪੀ ਦੇ ਆਗੂਆਂ ਦਾ ਤਾਂ ਇੱਕ ਤਰ੍ਹਾਂ ਨਾਲ ਸਮਾਜਿਕ ਬਾਈਕਾਟ ਕੀਤਾ ਜਾ ਰਿਹਾ ਹੈ ਤੇ ਤਲਵਾੜਾ ਪਿੰਡ ਦੀ ਸਰਪੰਚ ਬੀਬੀ ਸੁਖਵਿੰਦਰ ਕੌਰ ਨੇ ਕਿਹਾ ਕਿ ਫਤਿਹਬਾਦ ਜ਼ਿਲ੍ਹੇ ਚ ਘੱਟੋ ਘੱਟ 2 ਦਰਜਣ ਪਿੰਡਾਂ ਦੇ ਵਿੱਚ ਸਮਾਜਿਕ ਬਾਈਕਾਟ ਦੇ ਬੋਰਡ ਲਾਏ ਜਾ ਚੁੱਕੇ ਹਨ ਤੇ ਬਾਕੀਆਂ ਦੇ ਵਿੱਚ ਵੀ ਜਲਦੀ ਲਾ ਦਿੱਤੇ ਜਾਣਗੇ ਸਕੂਲੀ ਵਿਦਿਆਰਥੀਆਂ ਦੇ ਬਸਤੇ ਦਾ ਵੱਜਨ ਤੈਂ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੇ ਲਈ ਕੋਈ ਹੋਮਵਰਕ ਨਹੀਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਸਕੂਲੀ ਵਿਦਿਆਰਥੀਆਂ ਦੇ ਬਸਤੇ ਦੇ ਵਜ਼ਨ ਦੇ ਬਾਰੇ ਆਮ ਤੌਰ ਤੇ ਉੱਠਣ ਵਾਲੇ ਵਿਵਾਦ ਸਰਕਾਰ ਨੇ ਫਿਲਹਾਲ ਖਤਮ ਕਰ ਦਿੱਤਾ ਜਿਸ ਬਾਰੇ ਸਰਕਾਰ ਨੇ ਨਵੀਂ ਬੈਗ ਪਾਲਿਸੀ ਤਿਆਰ ਕੀਤੀ ਇਸ ਦੇ ਮੁਤਾਬਕ ਸਕੂਲੀ ਬੱਚਿਆਂ ਦੇ ਬਸਤੇ ਦੇ ਵਜ਼ਨ ਉੱਪਰ ਉਨ੍ਹਾਂ ਦੇ ਵਜ਼ਨ ਦੀ 10% ਤੋਂ ਵੱਧ ਨਹੀਂ ਹੋਵੇਗਾ ਇਸੇ ਤਰ੍ਹਾਂ ਪਹਿਲੀ ਜਮਾਤ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਬਸਤੇ ਦਾ ਵਜ਼ਨ 1 ਤੋਂ 2 ਕਿਲੋ ਦੇ ਵਿੱਚ ਦਰਮਿਆਨ ਹੈ ਜਦਕਿ 12ਵੀਂ ਤੱਕ ਪੜਨ ਵਾਲੇ ਵਿਦਿਆਰਥੀਆਂ ਦੇ ਬਸਤੇ ਦਾ ਵਜ਼ਨ 3 ਤੋਂ 5 ਕਿਲੋ ਦੇ ਵਿੱਚ ਘਰ ਹੋਵੇਗਾ ਉੱਥੇ ਹੀ ਪ੍ਰੀ ਪ੍ਰਾਇਮਰੀ ਪੜਨ ਵਾਲੇ ਬੱਚਿਆਂ ਨੂੰ ਕੋਈ ਬੈਗ ਨਹੀਂ ਹੋਵੇਗਾ ਕੇਂਦਰੀ ਸਿੱਖਿਆ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਰਾਜਾਂ ਨੂੰ ਨਵੇਂ ਵਿਦਿਅਕ ਸੈਸ਼ਨ ਨੂੰ ਇਸ ਨੂੰ ਸਖਤੀ ਦੇ ਨਾਲ ਅਮਨ ਦੇ ਵਿੱਚ ਲਿਆਉਣ ਦਾ ਨਿਰਦੇਸ਼ ਦਿੱਤਾ ਹੈ ਬੱਚਿਆਂ ਦੇ ਬਸਤੇ ਦਾ ਵਜ਼ਨ ਚੈੱਕ ਕਰਨ ਦੇ ਲਈ ਸਕੂਲਾਂ ਦੇ ਵਿੱਚ ਕੰਡਾ ਰੱਖਿਆ ਜਾਵੇਗਾ ਪ੍ਰਸ਼ਾਸਕਾਂ ਨੂੰ ਕਿਤਾਬਾਂ ਤੇ ਉਸ ਦੇ ਪਿੱਛੇ ਵਾਸ਼ਣ ਛਾਪਣਾ ਹੋਵੇਗਾ ਅਗਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪਵੇਗੀ ਕੜਾਕੇ ਦੀ ਠੰਡ ਸੋ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਸਰੂਤੇ ਵੀਰੋ ਮੌਸਮ ਦੇ ਸਬੰਧੀ ਤਾਜ਼ਾ ਜਾਣਕਾਰੀ ਵਾਲੀ ਵੀਡੀਓ ਚੈਨਲ ਤੇ ਆਪਾਂ ਰਾਤੀ ਅਪਲੋਡ ਕਰਤੀ ਸੀ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਤੇ ਮੌਸਮ ਵਿਭਾਗ ਨੇ ਫਿਰ ਜਾਣਕਾਰੀ ਦਿੱਤੀ ਹੈ ਕਿ ਅਗਲੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਸਕਦੀ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ 18 ਦਿਨਾਂ ਦੇ ਵਿੱਚ 15 ਵਾਰ ਵਧੀਆਂ ਕੀਮਤਾਂ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਮ ਲੋਕਾਂ ਦੇ ਜੀਵਨ ਉੱਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਲੋਕਾਂ ਦੇ ਲਈ ਸਿਰਦਰਦ ਬਣ ਰਹੀਆਂ ਹਨ ਇਸੇ ਤਰ੍ਹਾਂ ਲੋਕਾਂ ਦੀ ਜੇਬ ਦੇ ਉੱਤੇ ਕਾਫੀ ਭਾਰ ਪੈ ਰਿਹਾ ਸੋ ਦੋਸਤੋ ਜੇਕਰ ਤੁਸੀਂ ਵੀ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਤੋਂ ਤੰਗ ਤੇ ਪਰੇਸ਼ਾਨ ਮਹਿਸੂਸ ਕਰਦੇ ਹੋ ਤਾਂ ਕਮੈਂਟ ਸੈਕਸ਼ਨ 'ਚ ਯੈਸ ਫਿਲਹਾਲ ਦੇਸ਼ ਦੇ ਵਿੱਚ ਤੇਲ ਕੰਪਨੀਆਂ ਨੇ 20 ਨਵੰਬਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 15 ਵਾਰ ਵਾਧਾ ਕਰ ਦਿੱਤਾ ਅਤੇ ਦੇਸ਼ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ 2 ਸਾਲਾਂ ਦੇ ਵਿੱਚ ਆਪਣੇ ਉੱਚੇ ਪੱਧਰ ਤੇ ਪਹੁੰਚ ਗਈਆਂ ਹਨ ਦੱਸਦੀ ਹੈ ਦੇਸ਼ ਦੀਆਂ ਸਰਕਾਰੀ ਤੇਲ ਕੰਪਨੀਆਂ ਨੇ ਪਿਛਲੇ 18 ਦਿਨਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 15 ਵਾਰ ਵਾਧਾ ਕਰ ਦਿੱਤਾ ਹੈ ਜੀ ਦਸੰਬਰ ਮਹੀਨੇ ਦੇ ਵਿੱਚ ਪਿਛਲੇ 7 ਦਿਨਾਂ ਚ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ 6 ਵਾਰ ਵਾਧਾ ਹੋ ਗਿਆ ਹੈ ਜੀ 33 ਪੈਸੇ 7ਵੇਂ ਦਿਨ ਹੁਣ ਇਹਨਾਂ ਨੇ ਜੀ 7 ਦਸੰਬਰ ਨੂੰ 33 ਪੈਸੇ ਪੈਟਰੋਲ ਅਤੇ ਡੀਜ਼ਲ ਦੇ ਵਿੱਚ 31 ਪੈਸੇ ਵਾਧਾ ਕੀਤਾ ਹੈ ਸੋ ਹੁਣ ਤੱਕ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ 2 ਰੁਪਏ ਤੇ 70 ਪੈਸੇ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਤੇ 45 ਪੈਸੇ ਪ੍ਰਤੀ ਲੀਟਰ ਤੱਕ ਵੱਡਾ ਵਾਅਦਾ ਜਿਹੜਾ ਕੀਤਾ ਜਾ ਚੁੱਕਾ ਹੈ ਸੋ ਬੀਤੇ 2 ਸਾਲਾਂ ਦੇ ਵਿੱਚ ਸਭ ਤੋਂ ਮਹਿੰਗੇ ਦਮ ਤੇ 84 ਰੁਪਏ ਲੀਟਰ ਪੈਟਰੋਲ ਜਿਹੜਾ ਪਹੁੰਚ ਗਿਆ ਸੋ ਕੀ ਕਹਿਣਾ ਚਾਹੁੰਦੇ ਹੋ ਮੋਦੀ ਨੂੰ ਤੁਸੀਂ ਕਮੈਂਟ ਸੈਕਸ਼ਨ ਚ ਲਿਖ ਸਕਦੇ ਹੋ ਹੁਣੇ-ਹੁਣੇ ਪ੍ਰਧਾਨ ਮੰਤਰੀ ਮੋਦੀ ਨੇ ਸੱਦੀ ਕੈਬਨਿਟ ਮੀਟਿੰਗ ਸੋ ਕੀਤੀ ਕਾਨੂੰਨਾਂ ਦੇ ਖਿਲਾਫ ਜਾਰੀ ਕਿਸਾਨ ਅੰਦੋਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਪਹਿਰ ਵੇਲੇ ਕੈਬਨਿਟ ਮੀਟਿੰਗ ਕਰਨਗੇ ਹਾਲਾਂਕਿ ਮੀਟਿੰਗ ਕਿਸ ਵਿਸ਼ੇ ਦੇ ਬਾਬਤ ਰੱਖੀ ਗਈ ਆ ਇਸ ਬਾਰੇ ਹਾਲੇ ਸਪਸ਼ਟ ਨਹੀਂ ਹੋ ਰਿਹਾ ਪਰ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਕਿ ਇਸ ਵੇਲੇ ਜਦੋਂ ਦੇਸ਼ ਦੇ ਵਿੱਚ ਕਿਸਾਨ ਦਿੱਲੀ ਬਾਰਡਰ ਤੇ ਇੱਕ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਡਟੇ ਹਨ ਤਾਂ ਸਭ ਦੀਆਂ ਨਜ਼ਰਾਂ ਇਸ ਮੀਟਿੰਗ ਤੇ ਰਹਿਣਗੀਆਂ ਦਿੱਲੀ ਤਰਨੇ ਦੀ ਸਫਲਤਾ ਨੂੰ ਵੇਖ ਕੇ ਅੰਤਮ ਨਤੀਜੇ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਆਪਣੀ ਪਾਰਟੀ ਸੋ ਪੂਰੇ ਕਿਸਾਨ ਅੰਦੋਲਨ ਨੂੰ ਪੂਰੇ ਦੇਸ਼ ਨੂੰ ਫਲਾਇਆ ਜਾ ਚੁੱਕਾ ਹੈ ਤਾਂ ਹੁਣ ਆਪਣੇ ਆਪ ਦੇ ਵਿੱਚ ਅਜਿਹੀ ਤਾਕਤ ਬਣ ਚੁੱਕਾ ਜਿਸ ਨੂੰ ਸਿਆਸਤਦਾਨਾਂ ਦੀ ਕੋਈ ਲੋੜ ਨਹੀਂ ਅਸਲ ਦੇ ਵਿੱਚ ਇੱਕ ਜਾਗਰੂਕ ਨਾਗਰਿਕਤਾ ਦੀ ਤਾਕਤ ਦਾ ਪ੍ਰਮਾਣ ਹੈ ਅੱਜ ਆਗੂ ਅੱਜ ਤੱਕ ਸਿਆਸਤਦਾਨਾਂ ਦੇ ਪਿੱਛੇ ਦੌੜ ਰਹੇ ਸੀ ਤੇ ਆਪ ਕਦੇ ਵੀ ਸਫਲ ਨਹੀਂ ਹੋਏ ਪਰ ਅੱਜ ਉਹ ਆਪਣੀ ਮੰਗ ਤੇ ਪੂਰੀ ਤਰ੍ਹਾਂ ਡੇ ਹੋਏ ਹਨ ਅੱਜ ਜੇ ਕਿਸਾਨ ਲੀਡਰਾਂ ਦੇ ਹੱਥ ਵਿੱਚ ਸਾਰੀ ਤਾਕਤ ਹੁੰਦੀ ਤਾਂ ਇਹ ਆਗੂ ਸਮਝੌਤਾ ਕਰ ਚੁੱਕੇ ਹੁੰਦੇ ਪਰ ਹੁਣ ਉਹ ਡਰਦੇ ਕੋਈ ਆਖਦੇ ਹਨ ਕਿ ਜੇ ਕਿਤੇ ਅਸੀਂ ਕਮਜ਼ੋਰ ਪੈ ਗਏ ਤਾਂ ਸਾਡੇ ਪਿੱਛੇ ਖੜੇ ਨੌਜਵਾਨ ਸਾਨੂੰ ਮਾਫ਼ ਨਹੀਂ ਕਰਨਗੇ ਅੱਜ ਤੱਕ ਕਦੇ ਨਹੀਂ ਹੋਇਆ ਕਿ ਆਗੂ ਆਪਣੀ ਪਰਦਾ ਤੋਂ ਡਰ ਕੇ ਆਪਣੇ ਕਦਮ ਚੁੱਕਣ ਭਾਰਤੀ ਸਿਆਸਤ ਦੇ ਵਿੱਚ ਤਾਂ ਅਨੇਕਾਂ ਮਿਸਾਲਾਂ ਇਸ ਤਰ੍ਹਾਂ ਦੀਆਂ ਹਨ ਜਿੱਥੇ ਜਨਤਾ ਪੇਡਾਂ ਦੇ ਵਾਂਗੂ ਆਗੂਆਂ ਦੇ ਪਿੱਛੇ ਚੱਲ ਪੈਂਦੀਆਂ ਹਨ ਤੇ ਜਿੰਨੀਆਂ ਵੱਡੀਆਂ ਪੇਡਾਂ ਦੀ ਗਿਣਤੀ ਓਡੀ ਵੱਡੀ ਰਕਮ ਲੈ ਕੇ ਆਗੂ ਵਿਕ ਜਾਂਦੇ ਹਨ ਸੋ ਦੋਸਤੋ ਕੀ ਤੁਹਾਨੂੰ ਲੱਗਦਾ ਹੈ ਕਿ ਆ ਜਿਹੜੇ ਕਿਸਾਨ ਅੰਦੋਲਨ ਵਾਲੇ ਵੀ ਆਗੂ ਵੇਚ ਸਕਦੇ ਹਨ ਜਾਂ ਨਹੀਂ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਤੇ ਅਸੀਂ ਭਾਰਤੀ ਸਿਆਸਤ ਦੀਆਂ ਪਾਰਟੀਆਂ ਦੇ ਨਿੱਜੀ ਲਾਭ ਲਈ ਕੰਮ ਕਰਦੇ ਹੋਏ ਆਗੂ ਲੰਗੂਰਾ ਦੇ ਵਾਂਗ ਛਲਾਂਗਾ ਮਾਰਦੇ ਦੇਖਿਆ ਹਨ ਕਈ ਵਾਰ ਤਾਂ ਵੇਖਿਆ ਗਿਆ ਕਿ ਜੋ ਸ਼ਬਦ મોદી ਵਾਸਤੇ ਆਖੇ ਗਏ ਪਾਰਟੀ ਬਦਲਣ ਤੋਂ ਬਾਅਦ ਉਹੀ ਸ਼ਬਦ ਸੋਨੀਆ ਗਾਂਧੀ ਵਾਸਤੇ ਵੀ ਆਖੇ ਜਾਂਦੇ ਹਨ ਪਰ ਜਦੋਂ ਲੋਕ ਇਸ ਦੀ ਦਲ ਬਦਲੀ ਨੂੰ ਸਵੀਕਾਰ ਕਰਨ ਲੱਗ ਪਏ ਤਾਂ ਸਿਆਸਤਦਾਨਾਂ ਨੇ ਆਪਣਾ ਚਰਿੱਤਰ ਢਿੱਲਾ ਕਰ ਦਿੱਤਾ ਤੇ ਹੁਣ ਅੰਦੋਲਨ ਤੋਂ ਬਾਅਦ ਕੀ ਹੋਵੇਗਾ ਇਸ ਦਾ ਅਸਰ ਸਿਆਸਤਦਾਨਾਂ ਤੇ ਖਾਸ ਕਰਕੇ 2022 ਦੀਆਂ ਪੰਜਾਬ ਚੋਣਾਂ ਤੇ ਪਵੇਗਾ ਸੋ ਹੁਣ ਖਬਰ ਮਿਲ ਕੇ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਕਿਸਾਨਾਂ ਨੇ ਦਿੱਲੀ ਦੇ ਵਿੱਚ ਆਪ ਦੇ ਬਰ ਉਹ ਇਸ ਤਰ੍ਹਾਂ ਰੋਲਾ ਪਾਇਆ ਕਿ ਆਪ ਪਾਰਟੀ ਦੇ ਵਲੰਟੀਅਰ ਸਿੰਘੂ ਬਾਰਡਰ ਤੇ ਕੰਮ ਕਰ ਰਹੇ ਹਨ ਪਰ ਇੱਕ ਵੀ ਥਾਂ ਟੋਪੀ ਜਰਵਿੰਦਰ ਕੇਜਰੀਵਾਲ ਦੀ ਤਸਵੀਰ ਨਹੀਂ ਲਗਾਈ ਉਸ ਦੀ ਪਛਾਣ ਦੇ ਵਾਸਤੇ ਸੇਵਾਦਾਰ ਦਾ ਲੋਗੋ ਲਾ ਕੇ ਘੁੰਮਦੇ ਨਜ਼ਰ ਆ ਰਹੇ ਹਨ ਸੋ ਦੋਸਤੋ ਅਗਲੀ ਵੱਡੀ ਖਬਰ ਹੈ ਜੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ 6 ਡਾਕਟਰ ਮੁਅਤਲ ਸਿਹਤ ਵਿਭਾਗ ਨੇ ਕੇਂਦਰੀ ਜੇਲ੍ਹ ਅਮਰਤਸਰ ਦੇ ਵਿੱਚ ਕੰਮ ਕਰਦੇ 6 ਡਾਕਟਰਾਂ ਨੂੰ ਮੁਅਤਲ ਕਰ ਦਿੱਤਾ ਦੋਸ਼ ਹੈ ਕਿ ਇਹਨਾਂ 6 ਡਾਕਟਰਾਂ ਨੇ ਸਤਪਾਲ ਨਾਮ ਦੇ ਨੌਜਵਾਨ ਦੇ ਫਰਜੀ ਇਲਾਜ ਦਾ ਰਿਕਾਰਡ ਦਰਜ ਕਰਤਾ ਜਦਕਿ ਇਹ ਕੈਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਹਿਰਾਸਤ ਵਿੱਚ ਸੀ ਤੇ ਰਿਗਾਰਡ ਦੇ ਵਿੱਚ ਉਸ ਨੂੰ ਕਿਹੜੀ ਕਿਹੜੀ ਦਵਾਈ ਦਿੱਤੀ ਗਈ ਕਿਹੜੇ ਕਿਹੜੇ ਵੇਲੇ 6 ਡਾਕਟਰਾਂ ਨੇ ਕੈਦੀ ਦਾ ਮੁਆਇਨਾ ਕੀਤਾ ਇਹ ਸਭ ਕੁਝ ਲਿਖਿਆ ਗਿਆ ਤੇ ਇਸ ਫਰਜੀ ਵਾੜੇ ਦੀ ਪਿੰਕ ਜਦੋਂ NIA ਨੂੰ ਲੱਗੀ ਤਾਂ ਉਸਨੇ ਸਿਹਤ ਮੈਕਮੇ ਨੂੰ ਜਾਣਕਾਰੀ ਦਿੱਤੀ ਸਿਹਤ ਮੰਤਰੀ ਬਲਵੀਰ ਸਿੱਧੂ ਨੇ ਜਾਂਚ ਕਰਵਾਈ ਤੇ ਡਾਕਟਰਾਂ ਨੂੰ ਮੁਅਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਕਿਸਾਨਾਂ ਤੋਂ ਬਾਅਦ ਆਈਐਮਏ ਨੇ ਕੇਂਦਰ ਦੇ ਫੈਸਲੇ ਖਿਲਾਫ ਕੀਤਾ 11 ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਸੋ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਆਯੁਰਵੈਦ ਦੇ ਡਾਕਟਰਾਂ ਨੂੰ ਸਰਜਰੀ ਦੀ ਮਨਜ਼ੂਰੀ ਦਿੱਤੇ ਜਾਣ ਤੇ ਕੇਂਦਰ ਸਰਕਾਰ ਦੇ ਫੈਸਲੇ ਦੇ ਖਿਲਾਫ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਾਨੀ ਕਿ ਆਈਐਮਏ ਦੀ ਅਗਵਾਈ ਚ ਮੰਗਲਵਾਰ ਨੂੰ ਐਲੋਪੈਥ ਦੇ ਡਾਕਟਰਾਂ ਨੇ ਸੜਕ ਦੇ ਉੱਤੇ ਉਤਰ ਆਏ ਹਨ ਤੇ ਉਹਨਾਂ ਨੇ ਜਗ੍ਹਾ-ਜਗ੍ਹਾ ਤੇ ਪ੍ਰਦਰਸ਼ਨ ਅਤੇ ਕੇਂਦਰ ਸਰਕਾਰ ਤੋਂ ਆਯੁਰਵੇਦ ਦੇ ਡਾਕਟਰਾਂ ਨੂੰ ਸਰਜਰੀ ਦੀ ਮਨਜ਼ੂਰੀ ਦੇਣ ਵਾਲੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਆਈਐਮ ਨੇ ਦੇਸ਼ ਦੇ ਵਿੱਚ ਕਰੀਬ 10 ਹਜ਼ਾਰ ਥਾਵਾਂ ਤੇ ਪ੍ਰਦਰਸ਼ਨ ਕਰਕੇ ਐਲੋਪੈਥੀ ਦੇ ਡਾਕਟਰਾਂ ਦੀ ਇੱਕ ਜੁੜਤਾ ਦਾ ਦਾਵਾ ਕੀਤਾ ਦਿੱਲੀ ਦੇ ਵਿੱਚ ਵੀ 5 ਥਾਵਾਂ ਤੇ ਪ੍ਰਦਰਸ਼ਨ ਕੀਤਾ ਗਿਆ ਏਮਸ ਦੇ ਮੁੱਖ 게ਟ ਦੇ ਸਾਹਮਣੇ ਕੁਝ ਰੈਜ਼ੀਡੈਂਟ ਐਕਟਰਾਂ ਨੇ 2 ਘੰਟੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਜੀ 11 ਦਸੰਬਰ ਨੂੰ ਇਸ ਮੁੱਦੇ ਤੇ ਦੇਸ਼ ਦੇ ਹਸਪਤਾਲਾਂ ਦੇ ਵਿੱਚ ਇੱਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਐਸੋਸੀਏਸ਼ਨ ਦਾ ਕਹਿਣਾ ਹੈ ਕਿ 11 ਦਸੰਬਰ ਨੂੰ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਗੈਰ ਜ਼ਰੂਰੀ ਸੇਵਾਵਾਂ ਬੰਦ ਰਹਿਣਗੀਆਂ ਪਰ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਤੇ ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਵੇਗਾ ਕੈਪਟਨ ਦਾ ਦਾਵਾ ਜੇ ਮੈਂ ਹੁੰਦਾ ਤਾਂ ਛੱਟ ਗਲਤੀ ਮੰਨਦਾ ਕਾਨੂੰਨ ਰੱਦ ਕਰਨ ਦੇ ਲਈ ਵੀ ਮੈਂਟ ਨਾ ਲਾਉਂਦਾ ਸੋ ਖੇਤੀ ਕਾਨੂੰਨਾਂ ਦੇ ਵਿਰੁੱਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 8 ਦਸੰਬਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤਵੰਦ ਰਾਹੀਂ ਕਿਸਾਨਾਂ ਦੀ ਏਕਤਾ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਅਹਿਮiyet ਦਰਜਾ ਦਿੱਤਿਆ ਹੈ ਜੀ ਕੈਪਟਨ ਨੇ ਕੇਂਦਰ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਕੈਪਟਨ ਨੇ ਕਿਹਾ ਜੇ ਮੈਂ ਸਰਕਾਰ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਤਾਂ ਆਪਣੀ ਗਲਤੀ ਮੰਨ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਵਿੱਚ ਇੱਕ ਮਿੰਟ ਵੀ ਨਾ ਲਾਉਂਦਾ ਕੀ ਕਹਿਣਾ ਤੁਹਾਡਾ ਕੈਪਟਨ ਦੇ ਬਿਆਨ ਤੇ ਤੁਸੀਂ ਕਮੈਂਟ ਸੈਕਸ਼ਨ ਚੋਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕਰੋਨਾ 49 4900 ਤੋਂ ਪਾਰ ਅੱਜ 30 ਮੌਤਾ 509 ਮਾਮਲੇ ਸੋ ਪੰਜਾਬ ਦੇ ਸਿਹਤ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਬੁਲੇਟਿਨ ਅਨੁਸਾਰ ਅੱਜ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 94900 ਤੋਂ ਪਾਰ ਹੋ ਗਈ ਆ ਅੱਜ 30 ਮਰੀਜ਼ ਦਮ ਤੋੜ ਗਏ 509ਵੇਂ ਮਾਮਲਿਆਂ ਦੀ ਪੁਸ਼ਟੀ ਹੋਈ 792 ਮਰੀਜ਼ ਠੀਕ ਹੋਏ ਹਨ ਕਿਰਤ ਭਲਾਈ ਬੋਰਡ ਦੇ ਦੋ ਸਾਬਕਾ ਅਧਿਕਾਰੀ ਸਰਕਾਰਾਂ ਸਰਕਾਰੀ ਫੰਡਾਂ ਚ ਹੇਰਾਫਰੀ ਕਰਨ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਹੋ ਪੰਜਾਬ ਵਿਜੀਲੈਂਸ ਬਿਊਰੋ ਨੇ ਕਰੋੜਾ ਰੁਪਏ ਦੇ ਸਰਕਾਰੀ ਫੰਡਾਂ ਦੇ ਵਿੱਚ heiraferi ਦੇ ਦੋ ਸ਼ੇਡਾਂ ਪੰਜਾਬ ਕਿਰਤ ਭਲਾਈ ਬੋਰਡ ਦੇ ਦੋ ਸਾਬਕਾ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੇ ਵਿੱਚ ਅਧਿਕਾਰ ਅਤੇ ਕਿਰਤ ਭਲਾਈ ਬੋਰਡ ਦੇ ਸਾਬਕਾ ਉਪ ਭਲਾਈ ਕਮਿਸ਼ਨਰ ਸੁੱਚਾ ਸਿੰਘ ਵਾਂਡੀ ਅਤੇ ਸਾਬਕਾ ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ ਡੀ ਸੀ ਐਫ ਜਗਦੀਪ ਸਿੰਘ ਸੈਣੀ ਨੂੰ ਗੱਬਣ ਅਤੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਲਈ ਗ੍ਰਿਫਤਾਰ ਕੀਤਾ ਗਿਆ ਹੈ ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ ਕਰਵਾਇਆ ਵਿਆਹ ਪਹੁੰਚਣਾ ਪਹੁੰਚ ਕੇ ਤੋੜਿਆ ਨਾਤਾ ਸੋ ਵਿਦੇਸ਼ ਜਾ ਕੇ ਵਸਣ ਦੀ ਚਾਹਤ ਦੇ ਵਿੱਚ ਇਕੱਲੇ ਮੁੰਡਿਆਂ ਦੇ ਵਿੱਚ ਨਹੀਂ ਬਲਕਿ ਕੁੜੀਆਂ ਦੇ ਵਿੱਚ ਵੀ ਇਸ ਕਦਰ ਵਧਦੀ ਜਾ ਰਹੀ ਹੈ ਕਿ ਮਾੜੇ ਵਿੱਤੀ ਹਾਲਾਤਾਂ ਦੇ ਬਾਵਜੂਦ ਹੀਲਾਵਰਤ ਕੇ ਵਿਦੇਸ਼ ਪਹੁੰਚ ਰਹੀਆਂ ਹਨ ਜਦੋਂ ਕਿ ਪਿੱਛੇ ਦੀ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਮਾਮਲੇ ਥਾਣੇ ਕਚੈਰੀਆਂ ਦੇ ਤੱਕ ਜਾ ਪਹੁੰਚਦੇ ਹਨ ਇਸ ਅਜੀਹਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਨੂਰ ਮੈਲ ਦੀ ਇੱਕ ਲੜਕੀ ਵੱਲੋਂ ਸ਼ਾਹਕੋਟ ਰਹਿੰਦੇ ਸੌਰਿਆ ਨਾਲ 18 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਕੁੜੀ ਦੇ ਪਤੀ ਦਾ ਦੋਸ਼ ਹੈ ਕਿ ਨਾ ਤਾਂ ਸਿਰਫ ਕੁੜੀ ਨੇ ਬਹਾਨਾ ਲਾ ਕੇ ਉਹਨਾਂ ਦੇ ਪੈਸੇ ਖਰਚ ਕਰਵਾਏ ਸਗੋਂ ਵਿਆਹ ਕਰਵਾ ਕੇ ਮੁੰਡੇ ਦੇ ਨਾਲ ਧੋਖਾ ਕੀਤਾ ਤੇ ਬਾਹਰ ਜਾ ਕੇ ਮੁੰਡੇ ਨੂੰ ਸੱਦਨ ਤੋਂ ਪਹਿਲਾਂ ਹੀ ਮੁੱਕਰ ਗਈ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਸ਼ਾਂਤਮਈ ਭਾਰਤ ਬੰਦ ਲਈ ਵਧਾਈਆਂ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰ ਨਾਲ ਪੂਰਨ ਸਹਿਯੋਗ ਦਾ ਐਲਾਨ ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਸਾਨਾਂ ਨੂੰ ਅਜਿਹੇ ਅਨੁਸਰਾਂ ਦੇ ਵਿਰੁੱਧ ਸਾਵਧਾਨ ਕੀਤਾ ਜੋ ਅੰਦੋਲਨ ਦਾ ਲਾਭ ਉਠਾਉਣ ਅਤੇ ਸੂਬੇ ਦੀ ਸ਼ਾਂਤੀ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅੱਜ ਭਾਰਤ ਬੰਦ ਦੌਰਾਨ ਅਮਨ ਸ਼ਾਂਤੀ ਨੂੰ ਯਕੀਨੀ ਬਣਾਉਣ ਦੇ ਲਈ ਕਿਸਾਨਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ 2 ਮਹੀਨਿਆਂ ਤੋਂ ਵੀ ਲੰਬਾ ਸਮਾਂ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ ਇਸ ਤਰ੍ਹਾਂ ਅਮਨ ਆਮਾਨ ਬਰਕਰਾਰ ਰੱਖਿਆ ਹੋਇਆ ਹੈ ਮੁੱਖ ਮੰਤਰੀ ਨੇ ਸੂਚਿਤ ਕੀਤਾ ਕਿ ਅਜੇਹੀਆਂ ਅੰਦੋਲਨਾਂ ਦੇ ਵਿੱਚ ਸਥਿਤੀ ਦੌਰਾਨ ਕੁਝ ਅਜੇਹੀਆਂ ਪ੍ਰਦਰਸ਼ਨਕਾਰੀਆਂ ਕੋਈ ਵਾਜਬ ਸਕੋਰ ਨਹੀਂ ਹੁੰਦੀਆਂ ਆਪਣੇ ਸੌੜੇ ਮੁਫਾਦਿਆਂ ਦੇ ਲਈ ਮੌਕੇ ਦਾ ਫਾਇਦਾ ਚੁੱਕਣ ਦੀ ਫਰਾਕ ਦੇ ਵਿੱਚ ਹੁੰਦੇ ਹਨ ਫਿਰੋਜ਼ਪੁਰ ਵਿੱਚ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਤੇ ਕੀਤੀ ਅਨੇਵਾ ਫਾਇਰਿੰਗ ਭੀੜ ਜ਼ਖਮੀ ਸ਼ਹਿਰ ਦੇ ਪੀੜ ਵਾਲੇ ਇਲਾਕੇ ਦੇ ਵਿੱਚ ਸਥਾਨਕ ਗੈਂਗਸਟਰਾਂ ਦੇ ਵੱਲੋਂ ਤਿੰਨ ਦਿਨ ਦੀ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰੀ ਫਾਇਰਿੰਗ ਕਰਨ ਦੇ ਨਾਲ ਜਿੱਥੇ ਆਮ ਸ਼ਹਿਰੀ ਦੇ ਵਿੱਚ ਖੌਫ ਉੱਤੇ ਹੀ ਸ਼ਰੇਆਮ ਸਮਾਜ ਦੇ ਵਿੱਚ ਵਿਚਰਦੇ ਗੈਂਗਸਟਰਾਂ ਨੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ ਕਿ ਪੁਲਿਸ ਤੋਂ ਬਿਲਕੁਲ ਵੀ ਖੌਫ ਜਦਾ ਨਹੀਂ ਮੰਗਲਵਾਰ ਨੂੰ ਦੁਪਹਿਰੇ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਸ਼ੇਖਾਂ ਵਾਲੀ ਵਿੱਚ ਮੋਟਰਸਾਈਕਲ ਤੇ ਆਏ ਕਰੀਬ 5 ਦੇ ਕਰੀਬ ਹਮਲਾਵਾਰਾਂ ਨੇ ਇੱਕ ਨੌਜਵਾਨ ਤੇ ਦਿਨ ਦਿਹਾੜੇ ਅੰਨੇਵਾ ਫਾਇਰਿੰਗ ਕਰ ਦਿੱਤੀ ਤੇ ਫਾਇਰਿੰਗ ਦੇ ਵਿੱਚ ਜ਼ਖਮੀ ਹੋਏ ਨੌਜਵਾਨ ਨੂੰ ਫਿਰੋਜ਼ਪੁਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਸੋ ਦੋਸਤੋ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜੀ ਕੈਨੇਡਾ ਤੋਂ ਮਗਰੋਂ ਯੂਕੇ ਦੇ ਵਿੱਚ ਅਮਰੀਕੀ ਸੰਸਦ ਵੀ ਕਿਸਾਨ ਅੰਦੋਲਨਾਂ ਦੇ ਨਾਲ ਡਟੇ ਭਾਰਤ ਤੇ ਸਖਤ ਇਤਰਾਜ਼ ਜਤਾਇਆ ਸੋ ਯੂਕੇ ਕੈਨੇਡਾ ਦੇ ਮਗਰੋਂ ਅਮਰੀਕੀ ਸੰਸਦ ਵੀ ਕਿਸਾਨਾਂ ਦੇ ਅੰਦੋਲਨ ਨਾਲ ਡਟ ਗਏ ਹਨ ਤੇ ਉਸ ਉੱਪਰ ਭਾਰਤ ਦਾ ਸਖਤ ਇਤਰਾਜ਼ ਸਾਹਮਣੇ ਆਇਆ ਹੈ ਖੇਤੀ ਕਾਨੂੰਨਾਂ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਜਾਵੇਗੀ ਕੇਰਲ ਸਰਕਾਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਨਾਲ ਹੀ ਕੇਰਲ ਸਰਕਾਰ ਸੁਪਰੀਮ ਕੋਰਟ ਚ ਇੱਕ ਪਟੀਸ਼ਨ ਦਾਇਰ ਕਰੇਗੀ ਜਿਸ ਨਾਲ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਆਪਣਾ ਸਖਤ ਸਟੈਂਡ ਦੁਹਰਾਇਆ ਜਾਵੇਗਾ ਭਾਰਤ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ ਜੀ ਪੀੜਤਾਂ ਦੀ ਗਿਣਤੀ 97 ਲੱਖ ਦੇ ਪਾਰ ਕਰ ਗਈ ਹੈ 1 ਕਰੋੜ ਦੇ ਨੇੜੇ ਪਹੁੰਚਣ ਵਾਲੀ ਹੈ ਤੇ ਕੇਂਦਰ 9 ਦਸੰਬਰ ਦੀ ਮੀਟਿੰਗ ਤੋਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਬਾਰੇ ਕਿਸਾਨਾਂ ਦੀਆਂ ਮੰਗਾਂ ਮੰਨੇ ਬੀਬੀ ਰਜਿੰਦਰ ਕੌਰ ਪਠੱਲ ਨੇ ਦਿੱਤਾ ਜੀ ਵੱਡਾ ਕਦਮ ਹੈ ਜਦੋਂ ਮੋਦੀ ਸਰਕਾਰ ਨੂੰ ਪਛਾਹ ਮੋੜਨੇ ਪਏ ਸੀ ਆਪਣੇ ਕਦਮ ਭਾਰੀ ਵਿਰੋਧ ਦੇ ਕਾਰਨ ਇਹ ਆਰਡੀਨੰਸ ਲਿਆ ਸੀ ਵਾਪਸ ਉਸ ਭੂਮੀ ਆਰਡੀਨੰਸ ਕਾਨੂੰਨ ਜੂ ਸੋਧ ਕਰਨਾ ਚਾਹੁੰਦੀ ਸੀ ਸਰਦਾਰ ਤੇ ਮਈ 2014 ਦੇ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਨੂੰ ਭੂਮੀ ਆਰਡੀਨੈਂਸ ਤੇ ਮੋੜ ਵਸੇਬਾ ਪੁਨਰ ਸਥਾਪਨਾ ਆਰਡੀਨੈਂਸ 213 ਉਚਿਤ ਮੁਆਵਜ਼ੇ ਤੇ ਪਾਰਦਰਸ਼ਤਾ ਦੇ ਅਧਿਕਾਰ ਵਿੱਚ ਸੋਧ ਕਰਨ ਦੀ ਇੱਕ ਆਰਡੀਨੈਂਸ ਦਾ ਐਲਾਨ ਕੀਤਾ ਸੀ ਜੋ ਯੂਪੀਏ ਸ਼ਾਸਨ ਦੌਰਾਨ ਲਿਆਂਦਾ ਗਿਆ ਤੇ 1 ਜਨਵਰੀ 214 ਤੋਂ ਲਾਗੂ ਕੀਤਾ ਗਿਆ ਸੀ ਪਰ ਇਸ ਦਾ ਵਿਰੋਧ ਹੋਣ ਤੋਂ ਬਾਅਦ ਤਿਰਖਾ ਵਿਰੋਧ ਹੋਣ ਤੋਂ ਬਾਅਦ ਇਸ ਕਾਨੂੰਨ ਦੇ ਵਿੱਚ ਕੋਈ ਬਦਲਾਅ ਦਾ ਯਤਨ ਨਹੀਂ ਕੀਤਾ ਗਿਆ ਤੇ ਕਾਨੂੰਨ ਵਾਪਸ ਲੈ ਲਿਆ ਗਿਆ